ਭਾਰਤੀ ਰੇਲਵੇ ਨੇ ਫੌਜ ਦੀ ਅਗਨੀਪਥ ਯੋਜਨਾ ਤਹਿਤ ਰਿਟਾਇਰਡ ਅਗਨੀਵੀਰਾਂ ਨੂੰ ਆਪਣੇ ਵੱਖ-ਵੱਖ ਵਿਭਾਗਾਂ ਤਹਿਤ ਸਿੱਧੀ ਭਰਤੀ ਵਿੱਚ 15% ਦਾ ਰਿਜ਼ਰਵੇਸ਼ਨ ਦੇਣ ਦਾ ਐਲਾਨ ਕੀਤਾ ਇਸ ਦੇ ਨਾਲ ਹੀ ਅਗਨੀਵੀਰਾਂ ਦੀ ਉਮਰ ਸੀਮਾ ਤੇ ਸਰੀਰਕ ਸਮਰੱਥਾ ਪ੍ਰੀਖਿਆ ਵਿੱਚ ਵੀ ਉਹਨਾਂ ਨੂੰ ਛੋੜ ਦਿੱਤੀ ਜਾਵੇਗੀ। ਸੂਤਰਾ ਤੋਂ ਮਿਲੀ ਜਾਣਕਾਰੀ ਮੁਤਾਬਕ ਹੈ ਰੇਲਵੇ ਸੁਰੱਖਿਆ ਬਲਾਂ ਲਈ ਇੱਕ ਰਾਖਵੀਂ ਨੀਤੀ ਇੱਕ ਵੱਖਰੀ ਨੀਤੀ ਤਿਆਰ ਕੀਤੀ ਗਈ ਹੈ। ਰੇਲਵੇ ਅਗਨੀ ਵੀਰਾਂ ਨੂੰ ਲੈਵਲ 1 ਅਤੇ ਲੈਵਲ 2 ਦੇ ਅਹੁਦਿਆਂ ਤੇ ਕ੍ਰਮਵਾਰ 10% ਅਤੇ 5% ਦੀ ਹਾਰਾਈਜ਼ੋਂਟਲ ਰਿਜ਼ਰਵੇਸ਼ਨ ਪ੍ਰਦਾਨ ਕਰੇਗਾ। ਅਗਨੀ ਵੀਰਾਂ ਨੂੰ ਸਰੀਰਕ ਸਮਰੱਥਾ ਪ੍ਰੀਖਿਆ ਦੇ ਉਮਰ ਵਿੱਚ ਵੀ ਛੋੜ ਦਿੱਤੀ ਜਾਵੇਗੀ। ਅਗਨੀ ਵੀਰਾਂ ਦੇ ਪਹਿਲੇ ਬੈਚ ਨੂੰ ਤੈਅ ਉਮਰ ਸੀਮਾ ਤੋਂ 5 ਸਾਲ ਜਦੋਂ ਕਿ ਬਾਅਦ ਵਾਲੇ ਸਾਰੇ ਬੈਚਸ ਨੂੰ 3 ਸਾਲ ਦੀ ਛੋਟ ਦਿੱਤੀ ਜਾਵੇਗੀ। ਸੂਤਰਾ ਮੁਤਾਬਕ ਰੇਲਵੇ ਬੋਰਡ ਨੇ ਸਾਰੇ ਮਹਾ ਪ੍ਰਬੰਧਕ ਤਰ ਵਿੱਚੋਂ ਵੱਖ-ਵੱਖ ਰੇਲਵੇ ਭਰਤੀ ਏਜੰਸੀ ਨੂੰ ਇਹਨਾਂ ਛੋੜ ਦਾ ਲਾਭ ਦੇਣ ਨੂੰ ਕਿਹਾ ਹੈ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਅਗਨੀਪਥ ਭਰਤੀ ਯੋਜਨਾ ਤਹਿਤ 4 ਸਾਲ ਪੂਰੇ ਹੋਣ ਤੋਂ ਬਾਅਦ 25% ਦੇ ਅਗਨੀਵੀਰਾਂ ਨੂੰ ਹੀ ਫੌਜ ਦੇ ਅੰਦਰ ਵਿੱਚ ਰੱਖਿਆ ਜਾਵੇਗਾ ਜਦਕਿ ਬਾਕੀ ਸਾਰੇ ਫੌਜੀ ਨੇ ਜਬਾਕੀ ਸਾਰੇ ਅਗਨੀਵੀਰ ਨੇ ਉਹ ਰਿਟਾਇਰ ਕਰ ਦਿੱਤੇ ਜਾਣਗੇ ਭਾਰਤੀ ਰੇਲਵੇ ਨੇ ਫੌਜ ਦੇ ਅਗਨੀਪਥ ਯੋਜਨਾ ਤਹਿਤ ਰਿਟਾਇਰਡ ਅਗਨੀਵੀਰਾਂ ਨੂੰ ਆਪਣੇ ਵੱਖ-ਵੱਖ ਵਿਭਾਗਾਂ ਤਹਿਤ ਸਿੱਧੀ ਭਰਤੀ ਵਿੱਚ 15% ਦਾ ਰਿਜ਼ਰਵੇਸ਼ਨ ਦੇਣ ਦਾ ਐਲਾਨ ਕੀਤਾ ਇਸ ਦੇ ਨਾਲ ਹੀ ਅਗਨੀਵੀਰਾਂ ਦੀ ਉਮਰ ਸੀਮਾ ਦੇ ਸਰੀਰਕ ਸਮਰੱਥਾ ਪ੍ਰੀਖਿਆ ਵਿੱਚ ਵੀ ਉਹਨਾਂ ਨੂੰ ਛੋੜ ਦਿੱਤੀ ਜਾਵੇਗੀ। ਸੂਤਰਾ ਤੋਂ ਮਿਲੀ ਜਾਣਕਾਰੀ ਮੁਤਾਬਕ ਹੈ ਰੇਲਵੇ ਸੁਰੱਖਿਆ ਬਲਾਂ ਲਈ ਇੱਕ ਨਾਖਵੀਂ ਨੀਤੀ ਇੱਕ ਵੱਖਰੀ ਨੀਤੀ ਤਿਆਰ ਕੀਤੀ ਗਈ ਹੈ। ਰੇਲਵੇ ਅਗਨੀ ਵੀਰਾਂ ਨੂੰ ਲੈਵਲ 1 ਅਤੇ ਲੈਵਲ 2 ਦੇ ਅਹੁਦਿਆਂ ਤੇ ਕ੍ਰਮਵਾਰ 10% ਅਤੇ 5% ਦੀ ਹਾਰਾਈਜ਼ੋਂਟਲ ਰਿਜ਼ਰਵੇਸ਼ਨ ਪ੍ਰਦਾਨ ਕਰੇਗਾ। ਅਗਨੀ ਵੀਰਾਂ ਨੂੰ ਸਰੀਰਕ ਸਮਰੱਥਾ ਪ੍ਰੀਖਿਆ ਦੇ ਉਮਰ ਵਿੱਚ ਵੀ ਛੋੜ ਦਿੱਤੀ ਜਾਵੇਗੀ। ਅਗਨੀ ਵੀਰਾਂ ਦੇ ਪਹਿਲੇ ਬੈਚ ਨੂੰ ਤੈਅ ਉਮਰ ਸੀਮਾ ਤੋਂ 5 ਸਾਲ ਜਦੋਂ ਕਿ ਬਾਅਦ ਵਾਲੇ ਸਾਰੇ ਬੈਚਸ ਨੂੰ 3 ਸਾਲ ਦੀ ਛੋਟ ਦਿੱਤੀ ਜਾਵੇਗੀ। ਸੂਤਰਾ ਮੁਤਾਬਕ ਰੇਲਵੇ ਬੋਰਡ ਨੇ ਸਾਰੇ ਮਹਾ ਪ੍ਰਬੰਧ ਦਰ ਵਿੱਚੋਂ ਵੱਖ-ਵੱਖ ਰੇਲਵੇ ਭਰਤੀ ਏਜੰਸੀ ਨੂੰ ਇਹਨਾਂ ਛੋੜ ਦਾ ਲਾਭ ਦੇਣ ਨੂੰ ਕਿਹਾ ਹੈ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਅਗਨੀਪਥ ਭਰਤੀ ਯੋਜਨਾ ਤਹਿਤ 4 ਸਾਲ ਪੂਰੇ ਹੋਣ ਤੋਂ ਬਾਅਦ 25% ਦੇ ਅਗਨੀਵੀਰਾਂ ਨੂੰ ਹੀ ਫੌਜ ਦੇ ਅੰਦਰ ਵਿੱਚ ਰੱਖਿਆ ਜਾਵੇਗਾ ਜਦਕਿ ਬਾਕੀ ਸਾਰੇ ਫੌਜੀ ਨੇ ਜਬਾਕੀ ਸਾਰੇ ਅਗਨੀਵੀਰ ਨੇ ਉਹ ਰਿਟਾਇਰ ਕਰ ਦਿੱਤੇ ਜਾਣਗੇ ਭਾਰਤੀ ਰੇਲਵੇ ਨੇ ਫੌਜ ਦੇ ਅਗਨੀਪਥ ਯੋਜਨਾ ਤਹਿਤ ਰਿਟਾਇਰਡ ਅਗਨੀਵੀਰਾਂ ਨੂੰ ਆਪਣੇ ਵੱਖ-ਵੱਖ ਵਿਭਾਗਾਂ ਤਹਿਤ ਸਿੱਧੀ ਭਰਤੀ ਵਿੱਚ 15% ਦਾ ਰਿਜ਼ਰਵੇਸ਼ਨ ਦੇਣ ਦਾ ਐਲਾਨ ਕੀਤਾ ਇਸ ਦੇ ਨਾਲ ਹੀ ਅਗਨੀਵੀਰਾਂ ਦੀ ਉਮਰ ਸੀਮਾ ਤੇ ਸਰੀਰਕ ਸਮਰੱਥਾ ਪ੍ਰੀਖਿਆ ਵਿੱਚ ਵੀ ਉਹਨਾਂ ਨੂੰ ਛੋੜ ਦਿੱਤੀ ਜਾਵੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰੇਲਵੇ ਸੁਰੱਖਿਆ ਬਲਾਂ ਲਈ ਇੱਕ ਨਾਖਵੀਂ ਨੀਤੀ ਇੱਕ ਵੱਖਰੀ ਨੀਤੀ ਤਿਆਰ ਕੀਤੀ ਗਈ ਹੈ। ਰੇਲਵੇ ਅਗਨੀ ਵੀਰਾਂ ਨੂੰ ਲੈਵਲ 1 ਅਤੇ ਲੈਵਲ 2 ਦੇ ਅਹੁਦਿਆਂ ਤੇ ਕ੍ਰਮਵਾਰ 10% ਅਤੇ 5% ਦੀ ਹਾਰਾਈਜ਼ੋਂਟਲ ਰਿਜ਼ਰਵੇਸ਼ਨ ਪ੍ਰਦਾਨ ਕਰੇਗਾ। ਅਗਨੀ ਵੀਰਾਂ ਨੂੰ ਸਰੀਰਕ ਸਮਰੱਥਾ ਪ੍ਰੀਖਿਆ ਦੇ ਉਮਰ ਵਿੱਚ ਵੀ ਛੋੜ ਦਿੱਤੀ ਜਾਵੇਗੀ। ਅਗਨੀ ਵੀਰਾਂ ਦੇ ਪਹਿਲੇ ਬੈਚ ਨੂੰ ਤੈ ਉਮਰ ਸੀਮਾ ਤੋਂ 5 ਸਾਲ ਜਦੋਂ ਕਿ ਬਾਅਦ ਵਾਲੇ ਸਾਰੇ ਬੈਚਸ ਨੂੰ 3 ਸਾਲ ਦੀ ਛੋਟ ਦਿੱਤੀ ਜਾਵੇਗੀ। ਸੂਤਰਾਂ ਮੁਤਾਬਕ ਰੇਲਵੇ ਬੋਰਡ ਨੇ ਸਾਰੇ ਮਹਾ ਪ੍ਰਬੰਧਕਾਂ ਦੇ ਵਿੱਚੋਂ ਵੱਖ-ਵੱਖ ਰੇਲਵੇ ਭਰਤੀ ਏਜੰਸੀ ਨੂੰ ਇਹਨਾਂ ਨੂੰ ਛੋੜ ਦਾ ਲਾਭ ਦੇਣ ਨੂੰ ਕਿਹਾ ਹੈ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਅਗਨੀਪਥ ਭਰਤੀ ਯੋਜਨਾ ਤਹਿਤ 4 ਸਾਲ ਪੂਰੇ ਹੋਣ ਤੋਂ ਬਾਅਦ 25% ਦੇ ਅਗਨੀਵੀਰਾਂ ਨੂੰ ਹੀ ਫੌਜ ਦੇ ਅੰਦਰ ਵਿੱਚ ਰੱਖਿਆ ਜਾਵੇਗਾ ਜਦਕਿ ਬਾਕੀ ਸਾਰੇ ਫੌਜੀ ਨੇ ਜਬਾਕੀ ਸਾਰੇ ਅਗਨੀਵੀਰ ਨੇ ਉਹ ਰਿਟਾਇਰਡ ਕਰ ਦਿੱਤੇ ਜਾਣਗੇ